ਬਰਨਾਲਾ ਪੁਲਿਸ ਨੇ 50 ਲੱਖ ਦੀ ਫਰੌਤੀ ਲੈਣ ਆਏ ਦੋ ਨੌਜਵਾਨਾਂ ਨੂੰ ਟਰੈਪ ਲਗਾ ਕੇ ਗ੍ਰਿਫਤਾਰ ਕਰ ਲਿਆ, ਜਿਸ ਨੂੰ ਲੈ ਕੇ ਪੁਲਿਸ ਨੇ ਬੇਹੱਦ ਚੁਕਾਨੇ ਵਾਲੇ ਖੁਲਾਸੇ ਕੀਤੇ ਹਨ। ਜਾਣਕਾਰੀ ਦਿੰਦੇ ਹੋਏ DSP ਸਿਟੀ ਸਤਵੀਰ ਸਿੰਘ ਬੈਂਸ ਦਾ ਕਹਿਣਾ ਹੈ ਕਿ ਕਮਲ ਜਿੰਦਲ ਪੁੱਤਰ ਸੁਰਿੰਦਰ ਕੁਮਾਰ ਨਿਵਾਸੀ ਬਰਨਾਲਾ ਨੂੰ ਵਿਦੇਸ਼ੀ ਨੰਬਰਾਂ ਤੋਂ ਫਰੌਤੀ ਮੰਗਣ ਦੇ ਲਈ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ, ਜਿਸ ਦੇ ਬਾਅਦ ਕਮਲ ਜਿੰਦਲ ਨੇ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆਂਦਾ। ਪੁਲਿਸ ਨੇ ਟਰੈਪ ਲਗਾ ਕੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ। ਫਰੌਤੀ ਦੇ ਲਈ ਵਿਸ਼ਾਲਦੀਪ ਸ਼ਰਮਾ ਨਿਵਾਸੀ ਰਾਏਕੋਟ ਅਤੇ ਪਰਮਜੀਤ ਸਿੰਘ ਉਰਫ ਹੈਪੀ ਨਿਵਾਸੀ ਗੋਬਿੰਦਵਾਲ ਜ਼ਿਲ੍ਹਾ ਲੁਧਿਆਣਾ ਕਰੇਟਾ ਕਾਰ ਵਿੱਚ ਪੁੱਜੇ ਸਨ। ਪੁਲਿਸ ਨੇ ਦੋਵਾਂ ਨੂੰ ਦਬੋਚ ਲਿਆ। ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਤੋਂ ਹੋਰ ਵੀ ਬਹੁਤ ਸਾਰੇ ਅਹਿਮ ਖੁਲਾਸੇ ਹੋਣਗੇ। ਇਹ ਜੀ ਜਿਹੜਾ ਮਾਮਲਾ ਆ, ਇਹ ਮਿਤੀ 14/6/2024 ਨੂੰ ਸਾਡੇ ਬਰਨਾਲਾ ਦੇ ਇੱਕ ਸ਼੍ਰੀ ਕਮਲ ਜਿੰਦਲ ਨੇ, ਜਿਹੜੇ ਕਿ ਇੱਥੇ ਜਿਨ੍ਹਾਂ ਦਾ ਫੁੱਟਵੇਅਰ ਦਾ ਬਿਜ਼ਨਸ ਹੈਗਾ, ਉਹਨਾਂ ਨੂੰ ਇੱਕ ਬਾਹਰਲੇ ਨੰਬਰ ਤੋਂ ਵਟਸਐਪ ਦੇ ਉੱਤੇ ਧਮਕੀ ਭਰੇ ਮੈਸੇਜ ਅਤੇ ਧਮਕੀ ਭਰੀਆਂ ਕਾਲਾਂ ਆਈਆਂ ਸੀ, ਜਿਹਦੇ ਵਿੱਚ ਉਹਨਾਂ ਤੋਂ ਕਾਫ਼ੀ ਵੱਡੀ ਰਕਮ 1.5 ਕਰੋੜ ਦੇ ਕਰੀਬ ਜਿਹੜਾ ਫਰੌਤੀ ਦੀ ਮੰਗ ਕੀਤੀ ਗਈ ਅਤੇ ਉਹਨਾਂ ਨੂੰ ਧਮਕੀ ਦਿੱਤੀ ਗਈ ਕਿ ਜੇਕਰ ਤੁਸੀਂ ਇਹ ਰਕਮ ਸਾਨੂੰ ਨਹੀਂ ਪ੍ਰੋਵਾਈਡ ਕਰਦੇ ਤਾਂ ਤੁਹਾਡਾ ਜਾਨੀ ਮਾਲੀ ਨੁਕਸਾਨ ਹੋ ਸਕਦਾ, ਤੁਹਾਡੇ ਪਰਿਵਾਰ ਦਾ ਨੁਕਸਾਨ ਹੋ ਸਕਦਾ। ਥੋੜ੍ਹੇ ਟਾਈਮ ਬਾਅਦ ਫਿਰ ਇਹ ਧਮਕੀਆਂ ਚੱਲਦੀਆਂ ਰਹੀਆਂ ਅਤੇ ਪਹਿਲਾਂ ਉਹਨਾਂ ਨੇ ਪੁਲਿਸ ਨੂੰ ਜਾਣਕਾਰੀ ਨਹੀਂ ਦਿੱਤੀ। ਜਦੋਂ ਪੁਲਿਸ ਨੂੰ ਜਾਣਕਾਰੀ ਮਿਲੀ ਤਾਂ ਅਸੀਂ ਮੁਕੱਦਮਾ ਨੰਬਰ 305 ਮਿਤੀ 21/6/2024 ਅਧੀਨ ਧਾਰਾ 384 387 506 IPC ਅਨਨੋਨ ਵਿਅਕਤੀਆਂ ਦੇ ਖਿਲਾਫ਼ ਜਿਹੜਾ ਦਰਜ ਕੀਤਾ। ਸੋ ਉਦੋਂ ਤੋਂ ਹੀ ਮਾਣਯੋਗ SSP ਬਰਨਾਲਾ ਸ਼੍ਰੀ ਸੰਦੀਪ ਕੁਮਾਰ ਮਲਿਕ IPS, ਮਾਣਯੋਗ SPD ਬਰਨਾਲਾ ਸ਼੍ਰੀ ਸੰਦੀਪ ਸਿੰਘ ਮੰਡ PPS ਇਹਦੇ ਦਿਸ਼ਾ ਨਿਰਦੇਸ਼ਾਂ 'ਤੇ ਵੱਖ ਵੱਖ ਟੀਮਾਂ ਬਣਾਈਆਂ ਗਈਆਂ ਸੀ, ਜਿਹਦੇ ਵਿੱਚ ਸਾਡੇ ਥਾਣਾ ਸਿਟੀ ਬਰਨਾਲਾ ਦੇ ਮੁੱਖ ਅਫਸਰ ਇੰਸਪੈਕਟਰ ਬਲਜੀਤ ਸਿੰਘ ਅਤੇ CIA ਦੇ ਇੰਚਾਰਜ, ਉਹ ਅੱਜ ਇੱਥੇ ਹੈ ਨਹੀਂ ਕਿ ਕਿਸੇ ਐਮਰਜੈਂਸੀ ਕਰਕੇ, ਇੰਸਪੈਕਟਰ ਬਲਜੀਤ ਸਿੰਘ, ਇਹਨਾਂ ਦੇ ਅਧੀਨ ਵੱਖ ਵੱਖ ਟੀਮਾਂ ਬਣਾ ਕੇ ਮੁਕੱਦਮਾ ਦੀ ਜਿਹੜੀ ਹੈ ਤਫਤੀਸ਼ ਸ਼ੁਰੂ ਕੀਤੀ ਗਈ ਅਤੇ ਮਦਈ ਪਾਰਟੀ ਦੇ ਨਾਲ ਤਾਲਮੇਲ ਕਰਕੇ ਉਹਨਾਂ ਨੂੰ ਅੱਗੇ ਜਿਹੜੀ ਉਹਨਾਂ ਦੀ ਗੱਲਬਾਤ ਫਰੌਤੀ ਮੰਗਣ ਵਾਲਿਆਂ ਨਾਲ ਚੱਲ ਰਹੀ ਸੀ ਉਹਨੂੰ ਚਲਾਇਆ ਗਿਆ ਇੱਕ ਕੰਟਰੋਲ ਆਪਰੇਸ਼ਨ ਦੇ ਅਧੀਨ, ਜਿਹਦੇ ਵਿੱਚ ਫਿਰ ਜਿਹੜੀ ਦੋਸ਼ੀ ਪਾਰਟੀ ਸੀ ਉਹਨਾਂ ਨਾਲ ਫਾਈਨਲੀ ਗੱਲ ਹੋਈ। ਉਹਨਾਂ ਨੇ ਕਿਹਾ ਕਿ ਤੁਸੀਂ 50 ਲੱਖ ਰੁਪਈਆ ਸਾਨੂੰ ਬਰਨਾਲੇ ਜਿਹੜਾ ਕੈਸ਼ ਦੇ ਵਿੱਚ ਹੈਂਡਓਵਰ ਕਰੋ ਅਤੇ ਸੋ ਇੱਕ ਸੀਕ੍ਰੇਟ ਆਪਰੇਸ਼ਨ ਚਲਾਉਂਦੇ ਹੋਏ CIA ਬਰਨਾਲਾ ਅਤੇ ਥਾਣਾ ਸਿਟੀ ਬਰਨਾਲਾ ਦੀਆਂ ਸਪੈਸ਼ਲ ਟੀਮਾਂ ਬਣਾ ਕੇ ਮਦਈ ਮੁਕੱਦਮਾ ਕਮਲ ਜਿੰਦਲ ਨੂੰ ਅਸੀਂ ਸੀਕ੍ਰੇਟ ਆਪਰੇਸ਼ਨ ਦੇ ਅਧੀਨ ਹੀ ਵੱਖ ਵੱਖ ਜੋ ਨੋਟਾਂ ਦੇ ਨਕਲੀ ਨੋਟਾਂ ਦੀਆਂ ਗੁੱਠੀਆਂ ਬਣਾ ਕੇ ਉਹਦੇ ਉੱਤੇ ਅਸਲੀ ਨੋਟ ਅੱਗੇ ਪਿੱਛੇ ਲਾ ਕੇ ਤਿਆਰ ਕਰਕੇ ਕੀਤਾ ਗਿਆ ਅਤੇ ਜਿਹੜੇ ਦੋ ਇਹਦੇ 'ਚ ਵਿਅਕਤੀ ਸਾਨੂੰ ਜਿਹੜਾ ਇਹਨਾਂ ਤੋਂ ਲੈਣ ਆਏ ਸੀ ਕੈਸ਼ ਪੇਮੈਂਟ, ਉਹਨਾਂ ਦੋਨਾਂ ਨੂੰ ਕਾਬੂ ਕੀਤਾ ਗਿਆ, ਜਿਨ੍ਹਾਂ ਦੀ ਪਛਾਣ ਬਾਅਦ ਦੇ ਵਿੱਚ ਵਿਸ਼ਾਲਜੀਤ ਸਿੰਘ, ਵਿਸ਼ਾਲਜੀਤ ਸ਼ਰਮਾ ਉਰਫ ਵਿੱਕੀ ਡਾਲਰ ਵਾਸੀ ਰਾਏਕੋਟ ਅਤੇ ਪਰਮਜੀਤ ਸਿੰਘ ਹੈਪੀ ਵਾਸੀ ਗੋਂਦਵਾਲ ਲੁਧਿਆਣਾ ਹੋਈ ਅਤੇ ਫਰਦਰ ਫਿਰ ਤਕਨੀਕੀ ਅਤੇ ਹਿਊਮਨ ਇੰਟੈਲੀਜੈਂਸ ਦੇ ਨਾਲ ਇਹ ਮੁਕੱਦਮੇ ਨੂੰ ਅੱਗੇ ਫਰਦਰ ਤੋਰਦੇ ਹੋਏ ਇਹ ਗੱਲ ਸਾਹਮਣੇ ਆਈ ਆ ਕਿ ਜਿਹਦੇ 'ਚ ਦੋ ਅਸੀਂ ਇਹ ਦੋਸ਼ੀ ਹੋਰ ਆਈਡੈਂਟੀਫਾਈ ਕੀਤੇ ਆ ਕਿ ਜਿਹੜੀਆਂ ਇਹ ਕਾਲਾਂ ਨੇ ਇਹ ਕੈਨੇਡਾ ਦੇ ਵਿੱਚੋਂ ਗੁਰਦੀਪ ਸਿੰਘ ਸ਼ੇਰਗਿੱਲ ਵਾਸੀ ਰਾਮਨਗਰ ਛੰਨਾ ਜ਼ਿਲ੍ਹਾ ਸੰਗਰੂਰ ਹਾਲ ਕੈਨੇਡਾ, ਜੋ ਕਿ ਟੋਰਾਂਟੋ ਬਰੈਂਪਟਨ 'ਚ ਰਹਿ ਰਿਹਾ, ਅਤੇ ਦੂਜਾ ਦੋਸ਼ੀ ਮਨਜਿੰਦਰ ਸਿੰਘ ਵਾਸੀ ਦਦਾਰਗੜ੍ਹ ਥਾਣਾ ਧੂਰੀ ਜ਼ਿਲ੍ਹਾ ਸੰਗਰੂਰ, ਇਹ ਵੀ ਉੱਥੇ ਕੈਨੇਡਾ ਦੇ ਵਿੱਚ ਰਹਿ ਰਿਹਾ, ਦੋਨੇ ਕੈਨੇਡਾ 'ਚ ਰਹਿ ਰਹੇ ਨੇ। ਇਹਨਾਂ ਵੱਲੋਂ ਇਹ ਕਾਲਾਂ ਕੀਤੀਆਂ ਗਈਆਂ ਸੀ ਅਤੇ ਫਰਦਰ ਸਾਡੇ ਕੋਲ ਇਹ ਵੀ ਧਿਆਨ 'ਚ ਆਇਆ ਕਿ ਜਿਹੜਾ ਮਨਜਿੰਦਰ ਸਿੰਘ ਵਾਸੀ ਦਦਾਰਗੜ੍ਹ ਹੈ ਇਹ ਮਦਈ ਮੁਕੱਦਮਾ ਕਮਲ ਜਿੰਦਲ ਦੀ ਜਿਹੜੀ ਫੁੱਟਵੇਅਰ ਦੀ ਦੁਕਾਨ ਹੈ ਉਹਦੇ ਉੱਤੇ ਪਹਿਲਾਂ ਕੰਮ ਵੀ ਕਰਦਾ ਸੀ, ਜਿਹਦੇ ਕਰਕੇ ਇਹਨੂੰ ਇਹਨਾਂ ਦੀ ਫੈਮਿਲੀ ਬਾਰੇ, ਫੈਮਿਲੀ ਦੇ ਮੈਂਬਰਸ ਬਾਰੇ, ਇਹਨਾਂ ਦੇ ਬਿਜ਼ਨਸ ਬਾਰੇ ਉਹ ਜਾਣਕਾਰੀ ਸੀ ਅਤੇ ਉਹ ਜਾਣਕਾਰੀ ਵਰਤ ਕੇ ਹੀ ਇਹ ਇਹਨਾਂ ਨੂੰ ਧਮਕੀ ਭਰੇ ਜਿਹੜੇ ਮੈਸੇਜ ਜਾਂ ਕਾਲਾਂ ਕਰ ਰਹੇ ਸੀ ਕਿ ਸਾਨੂੰ ਪਤਾ ਹੈ ਤੇਰੇ ਬੱਚੇ ਕਿੱਥੇ ਪੜ੍ਹਦੇ ਨੇ, ਤੇਰਾ ਕਿੱਥੇ ਕੰਮ ਕਰ ਹੈ, ਤੇਰਾ ਇਹ ਨੁਕਸਾਨ ਹੋਏਗਾ। ਸੋ ਇਹ ਜਿਹੜੇ ਦੋ ਦੋਸ਼ੀ ਇਹਨਾਂ ਨੂੰ ਵੀ ਐਡੀਸ਼ਨਲ ਜੋ ਦੋਸ਼ੀ ਅਸੀਂ ਇਹਨਾਂ ਨੂੰ ਵੀ ਨਾਮਜ਼ਦ ਕਰ ਰਹੇ ਹਾਂ ਅਤੇ ਇਹਨਾਂ ਦਾ ਅਸੀਂ LOC ਜਾਰੀ ਕਰਾਵਾਂਗੇ ਸੋ ਦੈਟ ਇਹਨਾਂ ਨੂੰ ਕਾਬੂ ਕੀਤਾ ਜਾ ਸਕੇ।
ਅਤੇ ਜਿਹੜੇ ਦੋਸ਼ੀ ਪਹਿਲਾਂ ਅਸੀਂ ਗ੍ਰਿਫਤਾਰ ਕੀਤੇ ਨੇ ਵਿਸ਼ਾਲਜੀਤ ਸ਼ਰਮਾ ਵਾਸੀ ਰਾਏਕੋਟ ਅਤੇ ਪਰਮਜੀਤ ਸਿੰਘ ਵਾਸੀ ਗੋਂਦਵਾਲ, ਇਹਨਾਂ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿਆ ਗਿਆ। ਇਹਨਾਂ ਦੇ ਉੱਤੋਂ ਕੋਲੋਂ ਜਿਹੜੀ ਫਰਦਰ ਜਿਹੜੀ ਪੁੱਛਗਿੱਛ ਜਾਰੀ ਆ, ਜਿਹੜੀ ਹੁਣ ਤੱਕ ਦੀ ਬਰਾਮਦਗੀ ਆ ਉਹਦੇ ਵਿੱਚ ਇੱਕ ਜਿਹੜੀ ਇਹ ਕਰੇਟਾ ਕਾਰ ਜਿਹਦੇ ਵਿੱਚ ਇਹ ਫਰੌਤੀ ਦੀ ਰਕਮ ਵਸੂਲ ਕਰਨ ਆਈ ਸੀ, ਅਤੇ ਨਾਲ ਇੱਕ ਬੈਗ ਜਿਹਦੇ 'ਚ 500 ਰੁਪਏ ਦੀਆਂ ਗੁੱਟੀਆਂ ਜਿਹੜੀਆਂ ਬਣੀਆਂ ਹੋਈਆਂ ਉਹ ਬਰਾਮਦ ਕੀਤਾ ਗਿਆ। ਨਹੀਂ, ਹਾਲੇ ਤੱਕ ਇਹਨਾਂ ਦਾ ਪਹਿਲਾਂ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਸੀ। 3 ਦਿਨ ਦਾ ਰਿਮਾਂਡ ਮਾਣ ਯੋਗ ਅਦਾਲਤ। ਜੋ ਹੁਣ ਤੱਕ ਸਾਹਮਣੇ ਆਇਆ ਕਿ ਜਿਹੜੇ ਦੋਨੋਂ ਦੋਸ਼ੀ ਨੇ ਉੱਥੇ ਸਟੂਡੈਂਟ ਵੀਜ਼ਾ 'ਤੇ ਗਏ ਹੋਏ ਨੇ, ਪਰ ਇਹਨਾਂ ਦਾ ਕਿਸੇ ਗੈਂਗਸਟਰ ਦੇ ਨਾਲ ਕੋਈ ਸੰਬੰਧ ਨਹੀਂ ਹਲੇ ਤੱਕ ਸਾਹਮਣੇ ਆਇਆ। ਇਹਨਾਂ ਨੇ ਸਿਰਫ ਜੋ ਅੱਜ ਕੱਲ੍ਹ ਮਾਹੌਲ ਚੱਲ ਰਿਹਾ ਕਿ ਗੈਂਗਸਟਰ ਦੇ ਨਾਂ 'ਤੇ ਧਮਕੀ ਦੇ ਕੇ, ਕਿਉਂਕਿ ਜਿਹੜਾ ਮਨਜਿੰਦਰ ਸਿੰਘ ਉਹ ਇਹਨਾਂ ਦੀ ਦੁਕਾਨ 'ਤੇ ਜੋਬ ਕਰਦਾ ਰਿਹਾ ਸੀ, ਉਹਨੂੰ ਇਹਨਾਂ ਬਾਰੇ ਜਾਣਕਾਰੀ ਸੀ। ਇਹਨਾਂ ਨੇ ਇੱਕ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਸ਼ੈਤਾਨੀ ਕਰਕੇ ਇਹਨਾਂ ਦੇ ਨਾਲ ਇਹੋ ਜਿਹਾ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ। ਇਹਨਾਂ ਦੀ ਜਿਹੜੀ ਉਹ ਗੱਲਬਾਤ ਚੱਲ ਰਹੀ ਸੀ, ਉਹਨਾਂ ਨੇ ਪਹਿਲਾਂ ਕੁਛ ਹੋਰ ਤਰ੍ਹਾਂ ਵੀ ਕੈਨੇਡਾ ਦੇ ਅਕਾਊਂਟ ਨੰਬਰ ਵਗੈਰਾ ਦੇ ਕੇ ਵੀ ਕੋਸ਼ਿਸ਼ ਕੀਤੀ ਸੀ ਕਿ ਇੱਥੇ ਸਾਨੂੰ ਪੈਸੇ ਪਾ ਦਿੱਤੇ ਜਾਣ, ਬਟ ਉਹਦੇ ਵਿੱਚ ਕੁਛ ਜਿਹੜੇ ਕਿ ਫਾਈਨੈਂਸ਼ੀਅਲ ਰੈਗੂਲੇਸ਼ਨਸ ਨੇ ਉਹਦੀ ਪ੍ਰੋਬਲਮ ਆ ਰਹੀ ਸੀ, ਜਿਹਦੇ ਕਰਕੇ ਉਹਨੇ ਇਹਦਾ ਇਹਨਾਂ ਨੂੰ ਨੰਬਰ ਦਿੱਤਾ ਗਾ। ਪਹਿਲਾਂ ਪਰਮਜੀਤ ਸਿੰਘ ਜਿਹੜਾ ਗੋਂਦਵਾਲ ਦਾ ਹੈਗਾ ਉਹਦਾ ਨੰਬਰ ਇਹਨਾਂ ਨੇ ਮਦਈ ਮੁਕੱਦਮਾ ਨਾਲ ਸ਼ੇਅਰ ਕੀਤਾ ਸੀ। ਜਦੋਂ ਪਰਮਜੀਤ ਸਿੰਘ ਨੇ ਕੰਟੈਕਟ ਕੀਤਾ ਅਤੇ ਉਹ ਬਰਨਾਲੇ ਆਏ ਅਤੇ ਦੋਨੇ ਜਣੇ ਪਰਮਜੀਤ ਸਿੰਘ ਅਤੇ ਵਿਸ਼ਾਲ ਜੀ ਅਤੇ ਅਸੀਂ ਫੜ ਲਏ ਨੇ, ਅਤੇ ਬਾਕੀ ਇਹਨਾਂ ਤੋਂ ਫਰਦਰ ਪੁੱਛਗਿੱਛ ਚੱਲ ਰਹੀ ਹੈ ਕਿ ਇਹਨਾਂ ਦਾ ਅੱਗੇ ਕਿਵੇਂ ਲਿੰਕ ਸੀ ਉਹਦੇ ਨਾਲ। ਇਹਦੇ ਵਿੱਚ ਜੀ ਮੁਕੱਦਮਾ ਨੰਬਰ 305 ਅਧੀਨ ਧਾਰਾ 384, 387, 506 ਅਤੇ 120 ਵੀ IPC ਥਾਣਾ ਸਿਟੀ ਬਰਨਾਲਾ ਦਰਜ ਕੀਤਾ ਗਿਆ। ਹਾਂਜੀ, ਇਹ ਅਸੀਂ ਸਾਰੀ ਜਿਹੜਾ ਤਫਤੀਸ਼ ਦੇ ਅਧੀਨ ਚੱਲ ਰਹੀ ਹੈ ਇਸ ਮੁਕੱਦਮੇ ਦੀ, ਜਿਹੜੇ ਵੀ ਕੋਈ ਇਹੋ ਜਿਹੇ ਖੁਲਾਸੇ ਹੋਣਗੇ ਅਸੀਂ ਪ੍ਰੈਸ ਦੇ ਨਾਲ ਸਾਂਝੇ ਕਰਾਂਗੇ। ਇਹ ਵੀ ਅਸੀਂ ਜਿਹੜਾ ਇਸ ਗੱਲ ਦੀ ਤਫਤੀਸ਼ ਕਰ ਰਹੇ ਹਾਂ ਕਿ ਇਹਦੇ ਵਿੱਚ ਕੋਈ ਹਵਾਲਾ ਐਂਗਲ, ਇਹਨਾਂ ਦੇ ਮੋਬਾਈਲ ਵਗੈਰਾ ਅਸੀਂ ਕਬਜ਼ੇ 'ਚ ਲਏ ਆ, ਉਹਨਾਂ ਨੂੰ ਅਸੀਂ ਵਾਚ ਰਹੇ ਹਾਂ। ਜੇ ਕੋਈ ਵੀ ਇਹੋ ਜਿਹੀ ਆਉਂਦੀ ਹੈ ਗੱਲਬਾਤ ਸਾਹਮਣੇ ਤਾਂ ਰੈਲੀਵੈਂਟ ਸੈਕਸ਼ਨ ਐਡ ਕੀਤੇ ਜਾਣਗੇ। ਜਿਹੜੇ ਬਾਹਰਲੇ ਦੋ ਸਟੂਡੈਂਟ ਹੈ ਸਰ, ਉਹਨਾਂ ਦੇ ਉਹਨਾਂ ਦਾ ਮੁਕੱਦਮੇ ਵਿੱਚ ਨਾਮ ਹੈ, ਅੰਬੈਸੀਆਂ ਨੂੰ ਵੀ ਭੇਜਿਆ ਜਾਊਗਾ ਬਾਹਰਲੇ? ਹਾਂਜੀ ਹਾਂਜੀ, ਉਹਨਾਂ ਦਾ ਪ੍ਰੋਪਰ ਅਸੀਂ ਲੁੱਕਆਊਟ ਸਰਕੂਲਰ ਵੀ ਜਾਰੀ ਕਰਾਂਗੇ ਅਤੇ ਰੈੱਡ ਕਾਰਨਰ ਨੋਟਿਸ ਇਸ਼ੂ ਕਰਨ ਵਾਸਤੇ ਵੀ ਅਸੀਂ ਜਿਹੜਾ ਪ੍ਰੋਸੀਜਰ ਸਟਾਰਟ ਕਰਾਂਗੇ। ਸਰ, ਮਨਜਿੰਦਰ ਸਿੰਘ ਦੇ ਕਿਵੇਂ ਸੰਪਰਕ 'ਚ ਹੈ ਜੀ ਇਹ ਬੰਦੇ? ਮਨਜਿੰਦਰ ਸਿੰਘ ਤਾਂ ਉੱਥੇ ਕੈਨੇਡਾ ਰਹਿ ਹੀ ਰਿਹਾ ਸੀਗਾ। ਇਹ ਅਸੀਂ ਹੁਣ ਤਫਤੀਸ਼ ਕਰ ਰਹੇ ਹਾਂ, ਇਹਨਾਂ ਤੋਂ ਪੁੱਛ ਗਿੱਛ ਆਪਾਂ ਸਾਰਾ ਕਲੀਅਰ ਕਰਾਂਗੇ ਕਿ ਇਹਨਾਂ ਦੇ ਸਾਹਮਣੇ ਸਟੂਡੈਂਟ ਵੀਜ਼ਾ ਤੇ ਗਏ ਨੇ, ਉਹਦੇ ਪਰਿਵਾਰ ਨਾਲ ਇਸ ਮੈਟਰ ਸੰਬੰਧੀ ਕੋਈ ਗੱਲ ਕੀਤੀ? ਪਰਿਵਾਰ ਨੂੰ ਇਸ ਪੁੱਛ ਗਿੱਛ ਲੈ ਰਹੇ ਸਰ? ਉਹਨਾਂ ਨੂੰ ਵੀ ਅਸੀਂ ਸ਼ਾਮਲ ਤਫਤੀਸ਼ ਕਰਾਂਗੇ, ਉਹਨਾਂ ਤੋਂ ਸਾਰੀ ਅਸੀਂ ਡਾਟਾ ਵਗੈਰਾ ਲਵਾਂਗੇ ਕਿ ਕਦੋਂ ਗਏ ਸੀ, ਕਿਵੇਂ ਗਏ ਸੀ, ਕਿਹੋ ਜਿਹਾ ਇਹਨਾਂ ਦਾ ਇੱਥੇ ਰਿਕਾਰਡ ਸੀਗਾ, ਉਹ ਸਾਰਾ ਅਸੀਂ ਦੇਵਾਂਗੇ। ਜਿੰਨਾ ਵੀ ਮੈਂ ਡੱਲਾ ਦਾ ਨਾਮ ਆ ਰਿਹਾ ਉਹ ਕੀ ਗੱਲਬਾਤ? ਜਿਹੜਾ ਹੁਣ ਤੱਕ ਸਾਡੇ ਕੋਲ ਕੁਛ ਪ੍ਰੈਸ ਨਿਊਜ਼ ਰਾਹੀਂ ਪਤਾ ਲੱਗਿਆ ਸੀ ਕਿ ਅਰਸ਼ਦੀਪ ਡੱਲਾ ਦਾ ਨਾਮ ਲੈ ਗਿਆ, ਬਟ ਹਲੇ ਤੱਕ ਜੋ ਸਾਡੀ ਮਦਈ ਮੁਕੱਦਮਾ ਨਾਲ ਜਿੰਨੀ ਵਾਰ ਵੀ ਸਾਡੀ ਉਹਨਾਂ ਦੇ ਜੁਆਇੰਟਲੀ ਚੱਲ ਰਿਹਾ ਸੀ ਸਾਰਾ, ਕਿਸੇ ਸਪੈਸੀਫਿਕ ਕਿਸੇ ਗੈਂਗਸਟਰ ਦਾ ਨਾਮ ਨਹੀਂ ਲਿਆ ਗਿਆ। ਸਿਰਫ ਜੋ ਸਟਾਈਲ ਹੁੰਦਾ ਗੈਂਗਸਟਰਾਂ ਦਾ ਕਿ ਤੇਰਾ ਨੁਕਸਾਨ ਹੋ ਜਾਏਗਾ, ਤੇਰਾ ਅਸੀਂ ਪਰਿਵਾਰ ਖਤਮ ਕਰ ਦੇਵਾਂਗੇ, ਇਹੋ ਜਿਹੀਆਂ ਗੱਲਾਂ ਕੀਤੀਆਂ ਗਈਆਂ ਸੀ। ਐਜ਼ ਅ ਗੈਂਗਸਟਰ ਪੋਜ਼ ਕੀਤਾ ਗਿਆ ਸੀ, ਬਟ ਕਿਸੇ ਪਰਟੀਕੁਲਰ ਗੈਂਗਸਟਰ ਜਾਂ ਕਿਸੇ ਗੈਂਗਸਟਰ ਗਰੋਹ ਦੇ ਬਾਰੇ ਇਹਦੇ ਵਿੱਚ ਰੈਫਰੈਂਸ ਨਹੀਂ ਸੀ। ਹੁਣ ਕਿੰਨੀ ਰਾਸ਼ੀ ਬਰਾਮਦ ਕੀਤੀ ਗਈ?
ਹੁਣ ਜਿਹੜੀ ਇਹ ਰਾਸ਼ੀ ਤਾਂ ਜੀ ਅਸੀਂ ਆਪ ਹੀ ਤਿਆਰ, ਜਿਹੜਾ ਤੁਹਾਨੂੰ ਦੱਸਿਆ ਕਿ ਇਹ ਨਕਲੀ ਨੋਟ ਸੀਗੇ, ਇਹ ਆਪ ਹੀ ਤਿਆਰ ਕੀਤੀ ਗਈ ਸੀ। ਉਹਨੇ 50 ਲੱਖ ਦੀ ਮੰਗ ਕੀਤੀ ਸੀ ਅਤੇ ਅਸੀਂ 50 ਲੱਖ ਦੇ ਹਿਸਾਬ ਨਾਲ ਜਿਹੜਾ ਸਾਰਾ ਇਹ ਕੈਸ਼ ਜੋ ਨਕਲੀ ਸੀ ਉਹਦੇ ਵਿੱਚ ਕੁਛ ਅਸਲੀ ਕੈਸ਼ ਮਿਕਸ ਕਰਕੇ ਤਿਆਰ ਕੀਤਾ ਗਿਆ ਸੀ। 1.5 ਕਰੋੜ ਦਾ ਸੌਦਾ ਜਿਹੜਾ ਇਹ ਡਿਮਾਂਡ ਕਰ ਰਹੇ ਸੀ, ਪਰ ਜਿਹੜਾ ਤੈਅ ਹੋਇਆ ਸੀ 50 ਲੱਖ ਦੇ ਵਿੱਚ, ਇਸ ਤਰੀਕੇ ਨਾਲ। ਹਾਂਜੀ, ਜਦੋਂ ਫਿਰ ਆਪਾਂ ਕਿਉਂਕਿ ਮਦਈ ਮੁਕਦਮਾ ਦੇਖੋ ਸਾਡੇ ਨਾਲ ਗੱਲਬਾਤ ਦੇ ਵਿੱਚ ਹੀ ਸੀ, ਤਾਂ ਆਪਾਂ ਉਹਨਾਂ ਨਾਲ ਕਰਕੇ ਹੀ ਉਹਨਾਂ ਨੇ ਹੌਲੀ ਹੌਲੀ ਕਿ ਜੀ ਅਸੀਂ ਇੰਨੇ ਨਹੀਂ ਪੇ ਕਰ ਸਕਦੇ। ਹਾਂਜੀ, ਤਾਂ ਸਰ ਅਹਿਮ ਸਵਾਲ ਹੈ, ਪੰਜਾਬ 'ਚ ਪਹਿਲਾ ਮਾਮਲਾ ਹੁਣ ਤੱਕ ਕਿ ਪੁਲਿਸ ਨੇ ਆਪਣੀ ਸੂਝਬੂਝ ਅਤੇ ਟੈਕਨੀਕ ਨਾਲ ਜਿਹੜਾ ਹੈਗਾ ਇੱਕ ਨਕਲੀ ਨੋਟ ਬਣਾ ਕੇ ਉੱਪਰ ਅਸੀਂ ਲਗਾ ਕੇ ਇਹ ਜਿਹੜਾ ਹੈਗਾ ਟ੍ਰੈਪ ਲਗਾਇਆ, ਤਾਂ ਕੀ ਕਹਿਣਾ ਚਾਹੁੰਦੇ ਇਸ ਪਿੱਛੇ ਕੀ ਜ਼ਰੂਰਤ ਪੂਰੀ ਲਗਾਈ ਗਈ ਸੀ, ਕੀ ਪੂਰੀ ਪਲਾਨਿੰਗ ਕੀਤੀ ਸੀ? ਜਿਵੇਂ ਮੈਂ ਤੁਹਾਨੂੰ ਦੱਸਿਆ ਹੀ ਹੈ ਕਿ ਸਾਡੇ SSP ਬਰਨਾਲਾ ਸ਼੍ਰੀ ਸੰਦੀਪ ਮਲਿਕ IPS ਜੀ, ਜਿਸ ਦਿਨ ਤੋਂ ਹੀ ਇਹ ਮੁਕੱਦਮਾ ਦਰਜ ਹੋਇਆ, ਬਹੁਤ ਹੀ ਸੰਜੀਦਾ ਤਰੀਕੇ ਦੇ ਨਾਲ ਇਹਦੀ ਸੈਂਸਿਟੀਵਿਟੀ ਨੂੰ ਦੇਖਦੇ ਹੋਏ ਬਹੁਤ ਹੀ ਸੀਰੀਅਸਨੈਸ ਦੇ ਨਾਲ ਇਹਦੀ ਤਫਤੀਸ਼ ਕੀਤੀ ਜਾ ਰਹੀ ਸੀ। ਸਾਰੀਆਂ ਹੀ ਟੀਮਾਂ ਸਾਡੀਆਂ ਸਿਟੀ ਬਰਨਾਲਾ ਦੀ, CIA ਦੀ ਟੀਮ, ਸਾਰੀਆਂ ਟੀਮਾਂ ਨੇ ਬਹੁਤ ਹੀ ਜ਼ਿਆਦਾ ਮਿਹਨਤ ਕਰਕੇ ਇਸ ਦੇ ਵਿੱਚ ਟੈਕਨੀਕਲ ਤਰੀਕੇ ਦੇ ਵਿੱਚ ਵੀ ਜਿਹੜਾ ਇਨਵੈਸਟੀਗੇਸ਼ਨ ਕਰਕੇ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ TV ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈੱਲ ਆਈਕਨ 'ਤੇ ਕਲਿੱਕ ਕਰੋ।